ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਵਿਖੇ ਸਵੇਰੇ ਤੜਕਸਰ ਬੱਸ ਅੱਡੇ ਦੇ ਕੋਲ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਕ ਆਟੋ ਚਾਲਕ ਸਿਰਫ ਬੱਸਾਂ ਲਈ ਬਣੇ ਫਲਾਈਓਵਰ ਤੇ ਹੇਠਾਂ ਉਤਰ ਰਿਹਾ ਸੀ ਕਿ ਅਚਾਨਕ ਪਿੱਛੋਂ ਆ ਰਹੇ ਬੇਕਾਬੂ ਟਿੱਪਰ ਨੇ ਆਟੋ ਨੂੰ ਕੁਚਲ ਦਿੱਤਾ, ਜਿਸ ਦੌਰਾਨ ਆਟੋ ਚਾਲਕ ਅਤੇ ਉਸ ਵਿੱਚ ਬੈਠੀ ਸਵਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਕੀ ਨਾਮ ਸੀ ਤੁਹਾਡੇ ਮੁੰਡੇ ਦਾ? ਬਲਵਿੰਦਰ ਸਿੰਘ। ਕਿੰਨੇ ਵਜੇ ਘਰੋਂ ਨਿਕਲਿਆ? ਘਰੋਂ ਤਕਰੀਬਨ 5:30 ਵਜੇ ਨਿਕਲਿਆ। ਕੰਮ ਕੀ ਕਰਦਾ? ਆਟੋ ਚਲਾਉਂਦਾ ਸੀ। ਕੀ ਗੱਲ ਕੀ ਹੋਈ? ਇੱਦਾਂ ਪਿੱਛੋਂ ਆ ਰਿਹਾ ਫਲਾਈਓਵਰ ਤੋਂ ਥੱਲੇ ਉਤਰ ਗਿਆ ਸੀ, ਪਿੱਛੋਂ ਟਰੱਕ ਵਾਲੇ ਨੇ ਮਾਰਿਆ ਜੀ, ਟਿੱਪਰ ਵਾਲੇ ਨੇ ਮਾਰਿਆ, ਅਗਲੇ ਟਰੱਕ ਜਾ ਕੇ ਵਜਿਆ। ਉਹ ਮੁੰਡਾ ਮੇਰਾ ਥਾਂ ਤੇ ਮਰ ਗਿਆ, ਉਸ ਵੇਲੇ ਮਰ ਗਿਆ ਮੁੰਡਾ। ਕੀ ਨਾਂ ਸੀ ਤੁਹਾਡੇ? ਬਿਲਵਿੰਦ ਬਿਲਵਿੰਦਰ ਸਿੰਘ। ਮੈਰਿਡ ਸੀ? ਮੈਰਿਡ ਸੀ। ਕਿੰਨੇ ਬੱਚੇ ਉਹਦੇ? ਦੋ ਬੱਚੇ, ਇੱਕ 2 ਮਹੀਨੇ ਦੀ ਕੁੜੀ ਆ। ਕਿੰਨੇ ਵਜੇ ਸਵੇਰੇ ਨਿਕਲੇ? 5:30 ਵਜੇ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਆਟੋ ਰਿਕਸ਼ਾ PB08CP1984 ਜੋ ਪੁਲ ਤੋਂ ਆਪਣੇ ਜਿੱਥੋਂ ਬੱਸਾਂ ਇੰਟਰ ਹੁੰਦੀਆਂ ਉਧਰ ਨੂੰ ਆ ਰਿਹਾ ਸੀ, ਮਗਰ ਕੋਲ ਟਿੱਪਰ ਆਇਆ ਜੀ, ਟਿੱਪਰ ਵਾਲੇ ਨੂੰ ਟੱਚ ਕੀਤਾ, ਜੋ ਅੱਗੇ ਵੀ ਇੱਕ ਟਰਾਲਾ ਸੀ ਉਹਦੇ ਵਿੱਚ ਪ੍ਰੈਸ ਹੋਣ ਕਾਰਨ ਜਿਹੜਾ ਆਟੋ ਰਿਕਸ਼ਾ ਅਤੇ ਨਾਲ ਹੋਰ ਸਵਾਰੀ ਬੈਠੀ ਉਹ ਕਾਫੀ ਇੰਜਰਡ ਹੋ ਗਿਆ, ਜਿਹਨਾਂ ਸਿਵਲ ਹਸਪਤਾਲ ਦਾਖਲ, ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ, ਉਹਦੇ ਬਾਰੇ ਪੜਤਾਲ ਕਰਦੇ ਜਾ ਕੇ। ਅਜੇ ਮੌਕੇ 'ਤੇ ਤਾਂ 2 ਹੀ ਦੱਸ ਰਹੇ, ਇੱਕ ਖੁਦ ਆਟੋ ਰਿਕਸ਼ਾ ਡਰਾਈਵਰ, ਇੱਕ ਨਾਲ ਸਵਾਰੀ ਹੈ, ਬਾਕੀ ਵੀ ਪਤਾ ਕਰਦੇ ਹਾਂ ਅਤੇ ਜੋ ਇਹ ਵਾਰਸ ਇਹਦੇ ਵਿੱਚ ਹੁਣ ਵੇਖਦੇ ਹਾਂ ਤਾਂ 6:30-7:30 ਵਜੇ ਦੇ ਕਰੀਬ ਐਕਸੀਡੈਂਟ ਹੋਇਆ, ਇਹਦੇ ਬਾਰੇ ਪੜਤਾਲ ਕਰਾਂਗੇ ਸਾਰੀ। ਹਾਂਜੀ, ਉਹ ਰਾਊਂਡ ਅਪ ਕੀਤਾ ਉਹ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।